ਸਤਿ ਸ਼੍ਰੀ ਅਕਾਲ ਦਰਸ਼ਕੋ, ਆਪਣਾ ਵਿਰਸਾ ਦੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਗੁੱਡ ਮਾਰਨਿੰਗ ਆਪਣਾ ਵਿਰਸਾ ਵਿੱਚ। ਜਿਵੇਂ ਕਿ ਤੁਹਾਨੂੰ ਪਤਾ ਹੈ, ਅਸੀਂ ਤੁਹਾਡੇ ਨਾਲ ਵੱਖ ਵੱਖ ਅਖਬਾਰਾਂ ਦੀਆਂ ਵੱਖ ਵੱਖ ਖਬਰਾਂ ਸਾਂਝੀਆਂ ਕਰਦੇ ਹਾਂ। ਜੀ ਹਾਂ, ਜੇ ਗੱਲ ਕਰੀਏ ਪਹਿਲੀ ਅਖਬਾਰ ਜਿਹੜੀ ਕਿ ਜਗਬਾਨੀ ਅਖਬਾਰ ਹੈ, ਕੀ ਖਬਰ ਹੈ ਤੁਹਾਡੇ ਨਾਲ ਸਾਂਝੀ ਕਰੀਏ। ਚਾਰ ਘੁਟਾਲਾ ਦੇ ਇੱਕ ਮਾਮਲੇ 'ਚ ਲਾਲੂ ਦੋਸ਼ੀ ਕਰਾਰ, ਜੇਲ੍ਹ ਭੇਜਿਆ। ਜੀ ਹਾਂ, ਅੱਜ CBI ਦੀ ਵਿਸ਼ੇਸ਼ ਅਦਾਲਤ ਨੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਅਤੇ 15 ਹੋਰਨਾਂ ਨੂੰ ਚਾਰਾ ਘੁਟਾਲੇ ਦੇ ਇੱਕ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਹੈ। ਜੀ ਹਾਂ, ਜਦਕਿ ਇੱਕ ਹੋਰ ਸਾਬਕਾ ਮੁੱਖ ਮੰਤਰੀ ਜਗਨਨਾਥ ਮਿਸ਼ਰਾ ਸਮੇਤ 6 ਵਿਅਕਤੀਆਂ ਨੂੰ ਮਾਮਲੇ 'ਚ ਬਰੀ ਕਰ ਦਿੱਤਾ ਹੈ। ਅਦਾਲਤ ਸਜ਼ਾ ਦਾ ਐਲਾਨ 3 ਜਨਵਰੀ 2018 ਨੂੰ ਕਰੇਗੀ। ਫੈਸਲੇ ਪਿੱਛੋਂ ਲਾਲੂ ਯਾਦਵ ਤੇ ਹੋਰ ਦੋਸ਼ੀਆਂ ਨੂੰ ਤੁਰੰਤ ਹਿਰਾਸਤ ਵਿੱਚ ਲੈ ਲਿਆ ਗਿਆ। CBI ਜੱਜ ਸ਼ਿਵਪਾਲ ਸਿੰਘ ਨੇ 1991 ਅਤੇ 1994 ਵਿਚਕਾਰ ਦਿਓਕਰ ਖਜ਼ਾਨੇ ਚੋਂ 99.27 ਲੱਖ ਰੁਪਏ ਜਾਲਸਾਜ਼ੀ ਨਾਲ ਕਢਵਾਉਣ ਨਾਲ ਸੰਬੰਧਿਤ ਮਾਮਲੇ ਵਿੱਚ ਖਚਾ ਖਚ ਭਰੇ ਕਚਹਿਰੀ ਰੂਮ ਵਿੱਚ ਫੈਸਲੇ ਦਾ ਐਲਾਨ ਕੀਤਾ। ਰੁਕ ਕਰਦੇ ਹਾਂ ਜੀ ਅਗਲੀ ਖਬਰ ਵੱਲ। ਪਾਕ ਗੋਲਾਬਾਰੀ 'ਚ ਮੇਜਰ ਅਤੇ 3 ਜਵਾਨ ਸ਼ਹੀਦ, ਬੜੀ ਦੁੱਖ ਭਰੀ ਖਬਰ ਹੈ। ਕੀ ਖਬਰ ਹੈ ਤੁਹਾਡੇ ਨਾਲ ਸਾਂਝੀ ਕਰੀਏ। ਪਾਕਿਸਤਾਨ ਫੌਜ ਵੱਲੋਂ ਅੱਜ ਕੰਟਰੋਲ ਰੇਖਾ ਦੇ ਨਾਲ ਕੀਤੀ ਗੋਲਾਬਾਰੀ 'ਚ ਫੌਜ ਦੇ ਮੇਜਰ ਅਤੇ ਪੰਜਾਬ ਨਾਲ ਸੰਬੰਧਿਤ ਲਾਂਸ ਨਾਇਕ ਸਣੇ 4 ਜਵਾਨ ਸ਼ਹੀਦ ਹੋ ਗਏ। ਫੌਜ ਦੇ ਅਧਿਕਾਰੀਆਂ ਕੋਲੋਂ ਮਿਲੀ ਜਾਣਕਾਰੀ ਅਨੁਸਾਰ ਜੰਮੂ ਕਸ਼ਮੀਰ ਵਿੱਚ ਰਾਜੌਰੀ ਜ਼ਿਲ੍ਹੇ ਦੇ ਕੇਰੀ ਸੈਕਟਰ 'ਚ ਬੀਬਰ ਗਲੀ ਖੇਤਰ 'ਚ ਕੰਟਰੋਲ ਰੇਖਾ ਨੇੜੇ ਪਾਕ ਸੈਨਿਕਾਂ ਵੱਲੋਂ ਭਾਰਤੀ ਫੌਜ ਦੀ ਗਸ਼ਤ ਕਰ ਰਹੀ ਇੱਕ ਟੁਕੜੀ 'ਤੇ ਦੁਪਹਿਰ 12:30 ਵਜੇ ਗੋਲੀਬਾਰੀ ਕੀਤੀ। ਰੁਕ ਕਰਦੇ ਹਾਂ ਜੀ ਅਗਲੀ ਖਬਰ ਵੱਲ। ਨਿਤਿਸ਼ ਕੁਮਾਰ ਨੇ ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਵਿਖੇ ਮੱਥਾ ਟੇਕਿਆ। ਜੀ ਹਾਂ, ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਾਨੋ ਸ਼ੌਕਤ ਨਾਲ ਮਨਾਏ ਜਾ ਰਹੇ 350 ਸਾਲਾ ਪ੍ਰਕਾਸ਼ ਪੁਰਬ ਦੇ ਸ਼ੁਕਰਾਨਾ ਸਮਾਗਮ ਅਤੇ 351ਵੇਂ ਪ੍ਰਕਾਸ਼ ਪੁਰਬ ਮੌਕੇ ਮੁੱਖ ਮੰਤਰੀ ਬਿਹਾਰ ਸ੍ਰੀ ਨਿਤਿਸ਼ ਕੁਮਾਰ ਵੱਲੋਂ ਜਿੱਥੇ ਅੱਜ ਮੁੱਖ ਪੰਡਾਲ ਬਾਈਪਾਸ ਟੈਂਟ ਸਿਟੀ ਵਿਖੇ ਕੀਤੀ ਸ਼ਿਰਕਤ ਦੌਰਾਨ ਗੁਰਦੁਆਰਾ ਗੁਰੂ ਦਾ ਬਾਗ ਵਿਖੇ ਬਣਾਏ ਜਾਣ ਵਾਲੇ ਪ੍ਰਕਾਸ਼ ਪੁੰਜ ਦਾ ਨੀਂਹ ਪੱਥਰ ਰੱਖਿਆ। ਉੱਥੇ ਹੀ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਸ਼ਰਧਾ ਭਾਵਨਾ ਅਤੇ ਸਤਿਕਾਰ ਸਹਿਤ ਮੱਥਾ ਟੇਕਿਆ। ਇਸ ਦੌਰਾਨ ਉਹਨਾਂ ਨੇ ਉਪ ਮੁੱਖ ਮੰਤਰੀ ਸ੍ਰੀ ਸੁਸ਼ੀਲ ਮੋਦੀ, ਕੇਂਦਰੀ ਮੰਤਰੀ SS ਆਲੂਵਾਲੀਆ, ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਆਦਿ ਹਾਜ਼ਰ ਸਨ। ਰੁਕ ਕਰਦੇ ਹਾਂ ਜੀ ਅਗਲੀ ਅਖਬਾਰ ਵੱਲ, ਜਿਹੜੀ ਕਿ ਅਜੀਤ ਅਖਬਾਰ ਹੈ। ਕੀ ਖਬਰ ਹੈ ਤੁਹਾਡੇ ਨਾਲ ਸਾਂਝੀ ਕਰੀਏ। BSF ਵੱਲੋਂ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਇੱਕ ਘੁਸਪੈਠੀਆ ਢੇਰ ਤੇ 2 ਭੱਜਣ 'ਚ ਸਫਲ। ਜੀ ਹਾਂ, ਬੀਤੀ ਰਾਤ ਕਰੀਬ 11 ਵਜੇ ਪਾਕਿਸਤਾਨ ਵਾਲੇ ਪਾਸਿਓਂ ਭਾਰਤੀ ਸਰਹੱਦ ਅੰਦਰ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰਦੇ BSF ਦੇ ਜਵਾਨਾਂ ਨੇ ਇੱਕ ਘੁਸਪੈਠੀਏ ਨੂੰ ਮਾਰ ਮੁਕਾਇਆ, ਜਦਕਿ 2 ਘੁਸਪੈਠੀਏ ਵਾਪਸ ਪਾਕਿਸਤਾਨ ਵੱਲ ਭੱਜਣ 'ਚ ਕਾਮਯਾਬ ਹੋ ਗਏ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ 11 ਵਜੇ ਭਾਰਤ ਪਾਕ ਸਰਹੱਦ ਦੀ ਵਧਾਈ ਚੀਮਾ ਪੋਸਟ ਨੇੜੇ 3 ਸ਼ੱਕੀ ਵਿਅਕਤੀ ਪਾਕਿਸਤਾਨ ਵੱਲੋਂ ਭਾਰਤ 'ਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਜਿਸ ਤੇ ਕਾਰਵਾਈ ਕਰਦੇ ਹੋਏ BSF ਦੀ 70 ਬਟਾਲੀਅਨ ਦੇ ਜਵਾਨਾਂ ਨੇ ਗੋਲੀਬਾਰੀ ਕੀਤੀ, ਜਿਸ 'ਚ ਕਰੀਬ 68 ਸਾਲਾ ਸ਼ੱਕੀ ਵਿਅਕਤੀ ਦੀ ਮੌਤ ਹੋ ਗਈ, ਜਦਕਿ ਬਾਕੀ 2 ਘੁਸਪੈਠੀਏ ਪਾਕਿਸਤਾਨ ਵੱਲ ਭੱਜਣ 'ਚ ਸਫਲ ਹੋ ਗਏ। ਮਰਨ ਵਾਲੇ ਸ਼ੱਕੀ ਵਿਅਕਤੀ ਕੋਲੋਂ 377 ਰੁਪਏ ਪਾਕਿਸਤਾਨੀ ਕਰੰਸੀ, 1 ਲਾਈਟਰ ਤੇ 2 ਮਾਚਿਸ ਦੀ ਡੱਬੀਆਂ, ਕਰੀਬ 5 ਫੁੱਟ ਦੀ ਰੱਸੀ ਤੇ 2 ਅਖਬਾਰ ਦੀ ਕਟਿੰਗਾਂ ਬਰਾਮਦ ਹੋਈਆਂ ਹਨ। ਪਾਕਿਸਤਾਨ ਵਾਲੇ ਪਾਸਿਓਂ ਵੱਧ ਰਹੀ ਘੁਸਪੈਠ ਦੀਆਂ ਕੋਸ਼ਿਸ਼ਾਂ ਨੂੰ ਵੇਖਦੇ ਹੋਏ BSF ਦੇ ਉੱਚ ਅਧਿਕਾਰੀਆਂ ਦੇ ਖੁਫੀਆ ਏਜੰਸੀਆਂ ਵੱਲੋਂ ਲਗਾਤਾਰ ਸਖਤੀ ਕੀਤੀ ਗਈ ਹੈ। ਰੁਕ ਕਰਦੇ ਹਾਂ ਜੀ ਅਗਲੀ ਖਬਰ ਵੱਲ। ਥਰਮਲ ਪਲਾਂਟ ਨੂੰ ਪੱਕੇ ਤੌਰ ਤੇ ਬੰਦ ਵਿਰੁੱਧ ਮੁਲਾਜ਼ਮਾਂ ਜਥੇਬੰਦੀਆਂ ਵੱਲੋਂ ਬਠਿੰਡਾ 'ਚ ਰੋਸ ਮਾਰਚ। ਜੀ ਹਾਂ, ਗੁਰੂ ਨਾਨਕ ਦੇਵ ਥਰਮਲ ਪਲਾਂਟ ਨੂੰ ਪੱਕੇ ਤੌਰ ਤੇ ਬੰਦ ਕਰਨ ਦਾ ਫੈਸਲਾ ਸਰਕਾਰ ਦੇ ਅਤੇ ਵਿਸ਼ੇਸ਼ ਕਰਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਜੋ ਬਠਿੰਡਾ ਤੋਂ ਹੀ ਪਾਰਟੀ ਦੇ ਵਿਧਾਇਕ ਹਨ, ਤੇ ਗਲੇ ਦੀ ਹੱਡੀ ਬੰਦਾ ਜਾ ਰਿਹਾ ਹੈ। ਸਰਕਾਰ ਦੇ ਇਸ ਫੈਸਲੇ ਕਾਰਨ ਬਠਿੰਡਾ ਵਿੱਚ ਧਰਨੇ ਪ੍ਰਦਰਸ਼ਨ ਤੇਜ਼ ਕਰਦਿਆਂ ਥਰਮਲ ਮੁਲਾਜ਼ਮਾਂ ਦੀਆਂ ਵੱਖ ਵੱਖ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਅੱਜ 3ਰੇ ਦਿਨ ਵੀ ਰੋਸ ਪ੍ਰਦਰਸ਼ਨ ਕਰਕੇ ਬਠਿੰਡਾ ਸ਼ਹਿਰ ਵਿੱਚ ਰੋਸ ਮਾਰਚ ਕੱਢ ਕੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ। ਜੀ ਹਾਂ, ਮੁਲਾਜ਼ਮ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੇ ਗੇਟ ਤੋਂ ਰੋਸ ਮਾਰਚ ਸ਼ੁਰੂ ਕਰਦਿਆਂ ਸ਼ਹਿਰ ਵਿੱਚੋਂ ਹੀ ਹੁੰਦੇ ਹੋਏ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਦਫ਼ਤਰ ਸਾਹਮਣੇ ਇਕੱਠੇ ਹੋਏ, ਜਿੱਥੇ ਉਹਨਾਂ ਨੇ ਲਗਾਤਾਰ 2 ਘੰਟੇ ਧਰਨਾ ਦੇ ਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਖਿਲਾਫ ਨਾਅਰੇਬਾਜ਼ੀ ਕਰਦਿਆਂ ਆਪਣਾ ਰੋਸ ਜ਼ਾਹਰ ਕੀਤਾ। ਇਸ ਮੌਕੇ ਵੱਡੀ ਗਿਣਤੀ 'ਚ ਪੁਲਿਸ ਅਣਸੁਖਾਵੀ ਘਟਨਾ ਨਾ ਵਾਪਰ ਸਕੇ। ਉਧਰ ਹਰਿਦਵਾਰ ਦੀ ਤਰ੍ਹਾਂ ਇਸ ਵਾਰ ਵੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਬਠਿੰਡਾ ਵਿਖੇ ਵੱਖ ਵੱਖ ਥਾਵਾਂ ਤੇ
ਵੱਖ-ਵੱਖ ਥਾਵਾਂ ਤੇ ਪਹੁੰਚਣ ਦਾ ਪ੍ਰੋਗਰਾਮ ਸੀ ਜਿਸ ਨੂੰ ਰੋਸ ਪ੍ਰਦਰਸ਼ਨ ਦੇ ਮੱਦੇਨਜ਼ਰ ਰੱਦ ਕਰ ਦਿੱਤੇ ਜਾਣ ਦੀ ਵੀ ਸੂਚਨਾ ਹੈ। ਇਸ ਮੌਕੇ ਵਿੱਤ ਮੰਤਰੀ ਨੂੰ ਕਰਾਰੇ ਹੱਥੀ ਲੈਂਦਿਆਂ ਥਰਮਲ ਦੀ ਇੰਪਲੋਇਜ਼ ਫੈਡਰੇਸ਼ਨ ਦੇ ਆਗੂ ਗੁਰੂ ਸੇਵਕ ਸਿੰਘ ਸੰਧੂ ਅਤੇ ਜਮਹੂਰੀ ਅਧਿਕਾਰ ਸਭਾ ਦੇ ਆਗੂ ਡਾਕਟਰ ਅਜੀਤਪਾਲ ਸਿੰਘ MD ਨੇ ਕਿਹਾ ਕਿ ਅੱਜ ਵਿੱਤ ਮੰਤਰੀ ਇਹ ਤਰਕ ਦੇ ਰਹੇ ਹਨ ਕਿ ਸਰਕਾਰ ਨੂੰ ਇਹ ਥਰਮਲ ਚਲਾਉਣ ਦੇ ਵੱਡੇ ਘਾਟੇ ਦਾ ਸੌਦਾ ਸਾਬਿਤ ਹੋ ਰਹੇ ਹਨ, ਤਾਂ ਉਹਨਾਂ ਨੇ ਚੋਣਾਂ ਤੋਂ ਪਹਿਲਾਂ ਥਰਮਲ ਦੇ ਮੁਲਾਜ਼ਮਾਂ ਅਤੇ ਉਹਨਾਂ ਦੇ ਪਰਿਵਾਰਾਂ ਨਾਲ ਸਰਕਾਰ ਆਉਣ ਤੇ ਇਸ ਨੂੰ ਚਲਦਾ ਰੱਖਣ ਬਾਰੇ ਕਿਉਂ ਝੂਠੇ ਵਾਅਦੇ ਕੀਤੇ। ਇਸ ਮੌਕੇ ਕੰਟਰੈਕਟ ਵਰਕਰ ਯੂਨੀਅਨ ਦੇ ਆਗੂਆਂ ਅਸ਼ਵਨੀ ਕੁਮਾਰ, ਦੀਪਕ ਕੁਮਾਰ, ਵਿਜੇ ਕੁਮਾਰ ਨੇ ਐਲਾਨ ਕੀਤਾ ਕਿ ਸਰਕਾਰ ਦੇ ਇਸ ਫੈਸਲੇ ਖਿਲਾਫ 1 ਜਨਵਰੀ ਤੋਂ ਬਠਿੰਡਾ 'ਚ ਪੱਕਾ ਧਰਨਾ ਸ਼ੁਰੂ ਕੀਤਾ ਜਾਵੇਗਾ। ਰੁਕ ਕਰਦੇ ਹਾਂ ਜੀ ਅਗਲੀ ਖਬਰ ਵੱਲ। ਮਾਈਨਿੰਗ ਲਈ ਦਰਿਆਵਾਂ 'ਚ ਲਗਾਏ ਬੰਨ ਹਟਾਏ ਪੰਜਾਬ ਸਰਕਾਰ, ਕਿਹਾ ਹਾਈ ਕੋਰਟ ਨੇ। ਜੀ ਹਾਂ, ਪੰਜਾਬ ਵਿੱਚ ਨਦੀਆਂ ਦੇ ਦਰਿਆਵਾਂ ਵਿੱਚ ਹੁੰਦੀ ਮਾਈਨਿੰਗ ਨਦੀਆਂ ਦੇ ਦਰਿਆਵਾਂ ਵਿੱਚ ਵਗਦੇ ਪਾਣੀ ਤੇ ਵਹਾਅ ਤੇ ਮਾੜਾ ਅਸਰ ਪਾ ਰਹੀ ਹੈ। ਜੀ ਹਾਂ, ਅਜਿਹੇ ਤੱਥ ਦੀ ਕੋਖ ਲਈ ਹਾਈ ਕੋਰਟ ਦੇ ਜਸਟਿਸ ਸੂਰਿਆਕਾਂਤ ਤੇ ਜਸਟਿਸ ਸੁਧੀਰ ਮਿੱਤਲ ਦੀ ਡਿਵੀਜ਼ਨ ਬੈਂਚ ਨੇ ਸਰਕਾਰ ਨੂੰ ਮਾਹਿਰਾਂ ਦੀ ਇੱਕ ਕਮੇਟੀ ਬਣਾਉਣ ਦੀ ਹਿਦਾਇਤ ਕੀਤੀ ਸੀ। ਕਮੇਟੀ ਨੇ ਆਪਣੀ ਰਿਪੋਰਟ ਵਿੱਚ ਇਸ ਤੱਥ ਨੂੰ ਸਹੀ ਪਾਇਆ ਹੈ। ਦਰਿਆਵਾਂ ਵਿੱਚੋਂ ਪੰਪਿੰਗ ਕਰਕੇ ਰੇਤ ਕੱਢਣ ਲਈ ਵਰਤੀ ਜਾਂਦੀ ਮਸ਼ੀਨਰੀ ਤੇ ਹਾਲਾਂਕਿ ਸਰਕਾਰ ਨੇ ਰੋਕ ਲਗਾ ਦਿੱਤੀ ਹੈ, ਪਰ ਮਾਈਨਿੰਗ ਕਰਨ ਲਈ ਦਰਿਆਵਾਂ ਦੇ ਕੰਢੇ ਤੋਂ ਲੈ ਕੇ ਵਿਚਕਾਰ ਤੱਕ ਪੁੱਜਣ ਲਈ ਰੇਤ ਦੇ ਵੱਡੇ ਵੱਡੇ ਬੰਨ ਲੱਗੇ ਹੋਏ ਹਨ, ਜਿਸ ਨਾਲ ਦਰਿਆਵਾਂ ਦੇ ਨਦੀਆਂ ਦੇ ਵਹਾਅ ਬਦਲ ਨਾਲ ਖਤਰਾ ਮਾਹਿਰ ਕਮੇਟੀ ਨੇ ਆਪਣੀ ਰਿਪੋਰਟ ਵਿੱਚ ਪ੍ਰਗਟਾਇਆ ਹੈ ਤੇ ਕਿਹਾ ਹੈ ਕਿ ਜੇਕਰ ਅਜਿਹੇ ਬੰਨ ਨਾ ਹਟਾਏ ਗਏ ਤਾਂ ਦਰਿਆਵਾਂ ਦੇ ਜ਼ਮੀਨਾਂ ਦੇ ਨੇੜੇ ਵਸਦੇ ਲੋਕਾਂ ਦੀ ਜਾਨਾਂ ਨੂੰ ਖਤਰਾ ਹੈ। ਰੁਕ ਕਰਦੇ ਹਾਂ ਜੀ ਅਗਲੀ ਖਬਰ ਵੱਲ। ਕਲਯੁਗੀ ਬਾਪ ਵੱਲੋਂ 28 ਸਾਲਾ ਬੱਚੇ ਦੀ ਹੱਤਿਆ, ਬੜੀ ਦੁੱਖ ਭਰੀ ਖਬਰ ਹੈ। ਕੀ ਖਬਰ ਹੈ ਤੁਹਾਡੇ ਨਾਲ ਸਾਂਝੀ ਕਰੀਏ। ਪੁਲਿਸ ਕਮਿਸ਼ਨਰ ਲੁਧਿਆਣਾ ਅਧੀਨ ਪੈਂਦੇ ਥਾਣਾ ਡੇਲੋ ਦੇ ਪਿੰਡ ਸਿਲੋ ਖੁਰਦ ਵਿਖੇ ਬੀਤੀ ਰਾਤ ਇੱਕ ਕਲਯੁਗੀ ਬਾਪ ਨੇ ਆਪਣੀ 28 ਸਾਲਾ ਲੜਕੀ ਦੀ ਚੁੰਨੀ ਨਾਲ ਗਲਾ ਘੋਟ ਕੇ ਹੱਤਿਆ ਕਰ ਦਿੱਤੀ। ਜੀ ਹਾਂ, ਮ੍ਰਿਤਕ ਬੱਚੇ ਦੀ ਪਛਾਣ ਹਰਜੀਤ ਕੌਰ ਵਜੋਂ ਹੋਈ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ADCP ਗੁਰਪ੍ਰੀਤ ਕੌਰ ਪੂਰੇਵਾਲ, ACP ਗਿੱਲ, ਰਮਨਦੀਪ ਸਿੰਘ ਪੁੱਲਰ, ਥਾਣਾ ਮੁਖੀ ਡੇਲੋ ਇੰਸਪੈਕਟਰ ਕਮਲਜੀਤ ਸਿੰਘ ਸਮੇਤ ਪੁਲਿਸ ਅਧਿਕਾਰੀ ਮੌਕੇ ਤੇ ਪੁੱਜੇ ਅਤੇ ਇਸ ਘਟਨਾ ਦੀ ਜਾਂਚ ਕੀਤੀ। ਜਾਣਕਾਰੀ ਅਨੁਸਾਰ ਪਿੰਡ ਸਿਲੋ ਖਰਦ ਵਸਨੀਕ ਸਿਕੰਦਰ ਸਿੰਘ ਸਿੰਧਾ ਪੁੱਤਰ ਓਮ ਪ੍ਰਕਾਸ਼ ਦਾ ਆਪਣੀ ਪਤਨੀ ਨਾਲ ਲੰਬੇ ਸਮੇਂ ਤੋਂ ਲੜਾਈ ਝਗੜਾ ਚੱਲ ਰਿਹਾ ਸੀ, ਜਿਸ ਕਾਰਨ ਉਸਦੀ ਪਤਨੀ ਆਪਣੇ ਪੇਕੇ ਘਰ ਰਹਿ ਰਹੀ ਸੀ। ਪੁਲਿਸ ਕੋਲ ਮੁੱਢਲੀ ਪੁੱਛਗਿੱਛ ਦੌਰਾਨ ਕਾਤਿਲ ਸਿਕੰਦਰ ਸਿੰਘ ਨੇ ਮੰਨਿਆ ਕਿ ਉਸ ਨੂੰ ਸ਼ੱਕ ਹੋਇਆ ਕਿ ਉਕਤ ਬੱਚੀ ਜੋ ਉਸ ਕੋਲ ਰਹਿ ਰਹੀ ਸੀ ਉਹ ਉਸਦੀ ਨਹੀਂ ਸੀ, ਜਿਸ ਕਰਕੇ ਦੋਹਾਂ ਪਤੀ ਪਤਨੀ ਦਰਮਿਆਨ ਲੜਾਈ ਝਗੜਾ ਚੱਲਦਾ ਸੀ। ਉਸਨੇ ਮੰਨਿਆ ਕਿ ਇਸੇ ਕਾਰਨ ਰਾਤ ਸ਼ਰਾਬ ਪੀ ਕੇ ਉਸਨੇ ਆਪਣੀ ਬੱਚੀ ਦਾ ਚੁੰਨੀ ਨਾਲ ਗਲਾ ਘੋਟ ਕੇ ਉਸਦੀ ਹੱਤਿਆ ਕਰ ਦਿੱਤੀ। ਇਸ ਸੰਬੰਧੀ ਥਾਣਾ ਮੁਖੀ ਇੰਸਪੈਕਟਰ ਕਮਲਜੀਤ ਸਿੰਘ ਨੇ ਦੱਸਿਆ ਕਿ ਥਾਣਾ ਡੇਲੋ ਪੁਲਿਸ ਨੇ ਕਥਿਤ ਦੋਸ਼ੀ ਸਿਕੰਦਰ ਸਿੰਘ ਵਿਰੁੱਧ ਮੁਕਦਮਾ ਨੰਬਰ 219 ਧਾਰਾ 302 ਅਧੀਨ ਦਰਜ ਕਰਕੇ ਅਗੇਰਲੀ ਕਾਰਵਾਈ ਸ਼ੁਰੂ ਕੀਤੀ ਹੈ। ਸੋ ਇਹ ਸੀ ਵੱਖ ਵੱਖ ਅਖਬਾਰਾਂ ਦੀਆਂ ਵੱਖ ਵੱਖ ਖਬਰਾਂ। ਕੱਲ੍ਹ ਇਸੇ ਵੇਲੇ ਤੁਹਾਡੇ ਨਾਲ ਫਿਰ ਤੋਂ ਰੂਬਰੂ ਹੋਵਾਂਗੇ ਵੱਖ ਵੱਖ ਅਖਬਾਰਾਂ ਦੀਆਂ ਵੱਖ ਵੱਖ ਖਬਰਾਂ ਲੈ ਕੇ। ਤਦ ਤੱਕ ਲਈ ਦਿਓ ਮੈਨੂੰ ਇਜਾਜ਼ਤ, ਸਤਿ ਸ੍ਰੀ ਅਕਾਲ। ਗੁਰੂਆਂ ਦੀ ਬਾਣੀ ਤੇ ਪੰਜ ਦਰਿਆਵਾਂ ਦਾ ਪਾਣੀ, ਨੱਚਦੇ ਗਾਉਂਦੇ ਗੱਭਰੂ ਤੇ ਮੁਟਿਆਰਾਂ, ਲਹਿਲਹਾਉਂਦੀਆਂ ਫਸਲਾਂ, ਵਿਸਾਖੀ ਤੇ ਲੋਹੜੀ ਦੇ ਤਿਉਹਾਰ ਤੇ ਤੀਆਂ ਤੇ ਮੁਟਿਆਰਾਂ ਦਾ ਜੁੜਨਾ, ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ, ਫੁਲਕਾਰੀ ਦਾ ਚਾਨਣ ਤੇ ਚਰਖੇ ਦੀ ਤੰਦ ਯਾਦ ਦਿਲਾਉਂਦੀ ਹੈ ਸਾਨੂੰ ਸਾਡੇ ਅਮੀਰ ਵਿਰਸੇ ਦੀ, ਤੇ ਇਸੇ ਵਿਰਸੇ ਨੂੰ ਤੁਹਾਡੇ ਲਈ ਲੈ ਕੇ ਆ ਰਿਹਾ ਹੈ ਤੁਹਾਡਾ ਆਪਣਾ ਡਿਜੀਟਲ ਚੈਨਲ ਆਪਣਾ ਵਿਰਸਾ। ਦੇਖਣਾ ਨਾ ਭੁੱਲੋ ਆਪਣੇ ਐਂਡਰਾਇਡ ਅਤੇ ਐਪਲ ਫੋਨ 'ਤੇ ਤੁਹਾਡਾ ਆਪਣਾ ਚੈਨਲ ਆਪਣਾ ਵਿਰਸਾ।